ਸਤ ਸ੍ਰੀ ਅਕਾਲ ਜੀ तमाम ਦੋਸਤਾਂ ਦਾ ਕੀ ਹਾਲ ਚਾਲ ਹੈ ਜੀ ਜੀ ਦੋਸਤੋ ਅੱਜ ਆਪਾਂ ਜੀ ਇਸ ਫਸਲ ਦੇ ਅੰਦਰ ਖੜੇ ਆਂ ਇਹ ਅੱਜ 55 ਦਿਨ ਦੀ ਪੂਰੇ 55 ਦਿਨ ਦੀ ਫਸਲ ਹੋ ਗਈ ਹੈ ਔਰ ਇਹ ਪੈਪਸੀ ਦਾ ਐਲ ਆਰ ਉਹ ਲੱਗਾ ਜੀ ਸੀਡ ਇਹ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਇੱਕ ਵੇਲ ਪਾਟ ਕੇ ਦੇਖਦੇ ਆਂ ਕਿ ਆਪਣੇ ਦਾਣਿਆਂ ਦੀ ਤਦਾਦ ਕਿੰਨੀ ਆ ਔਰ ਦਾਣੇ ਕਿੱਡੇ ਕਿੱਡੇ ਹੋ ਗਏ ਆ ਇਹ 55 ਦਿਨ ਦੀ ਫਸਲ ਹੋਈ ਹੈ ਜੀ ਆਪਾਂ ਇਥੋਂ ਕੋਈ ਨਾ ਕੋਈ ਕੱਲੀ ਵੇਲ ਦੇਖ ਕੇ ਨਾ ਜੀ ਉਹ ਆਪਾਂ ਪੜ ਲੈਨੇ ਆ ਜੀ ਜਿਹੜੀ ਕੋਈ ਕੱਲੀ ਖੜੀ ਹੋਵੇ ਜੀ ਕਿਤੇ ਏ ਬਾਈ ਲੋਈ ਦੋਸਤੋ ਇਹ ਇੱਕ ਵੇਲ ਇਹਨੂੰ ਆਪਾਂ ਪੜਦੇ ਹਾਂ ਜੀ ਹੁਣ ਤੇ ਦੇਖਦੇ ਹਾਂ ਜੀ ਕਿ ਇਹਦੇ ਥੱਲੇੋਂ ਕੀ ਨਿਕਲਦਾ ਵਾ ਜੀ ਆਲੂ ਇਹ 55 ਦਿਨ ਦੀ ਫਸਲ ਵਾ ਜੀ ਐਲ ਆ ਲੱਗਾ ਇਹ ਆਪਣੇ ਇਹ ਕਿਉਂਕਿ ਇਹਦੇ ਸਾਰੇ ਆਲੂ ਜਿਹੜੇ ਨਾ ਜਿਉ ਆਪਾਂ ਬਾਹਰ ਕੱਢਾਂਗੇ ਉਹਦੇ 55 ਦਿਨ ਦੀ ਫਸਲ ਆ ਆਪਣੀ ਜੀ ਇਹ ਦੇਖ ਸਕ ਰਹੇ ਆ ਜੀ ਦੋਸਤੋ ਸਭ ਤੋਂ ਬਾਕੀ ਅੰਦਰ ਉਹ ਦੇਖਾਂ ਗਿਆ ਆ ਪਾਦੂ ਜੀ ਔਰ ਇਹਦਾ ਦੇਖ ਸਕਦੇ ਆ ਆਲੂਆਂ ਦਾ ਸਾਈਜ਼ ਇਹ ਚੀਜ਼ ਹੁੰਦੀ ਹੈ ਨਿਊਟਰਾ ਫੁੱਲ ਖਾਦ ਇਸਤੇਮਾਲ ਕਰਨ ਦੀ ਹੱਲੇ ਇਹ ਆਲੂ ਬੰਦ ਰਹੇ ਆ ਜੀ ਇਸ ਜਗ੍ਹਾ ਤੇ ਵੀ ਇਸ ਜਗ੍ਹਾ ਤੇ ਵੀ ਔਰ ਨੀਚੇ ਵੀ ਹੱਲੇ ਆਲੂ ਜਿਹੜੇ ਉਹ ਬੰਦ ਵੀ ਰਹੇ ਆ ਲੇਕਿਨ ਇਹਨਾਂ ਦਾ ਸਾਈਜ਼ ਦੇਖ ਲਓ ਤੁਸੀਂ ਸੇਮ ਟੂ ਸੇਮ ਸਾਈਜ਼ ਹੋਏਗਾ ਇਹਨਾਂ ਦਾ ਬਾਕੀ ਆਪਾਂ ਇਹਦੇ ਅੰਦਰ ਵੀ ਦੇਖਦੇ ਆਂ ਵੀ ਅੰਦਰ ਆਲੂ ਹੋਰ ਵੀ ਹੈ। ਉਹਦੇ ਦਿਖਾਉਣ ਦਾ ਮਕਸਦ ਆਪਾਂ ਨੂੰ ਇਹ ਹੈ ਕਿ ਦੋਸਤਾਂ ਨੂੰ ਪਤਾ ਲੱਗੇ ਕਿ ਜਿਹੜੀ ਆਪਾਂ ਖਾਦ ਇਸਤੇਮਾਲ ਕਰ ਰਹੇ ਆਂ ਨਿਊਟ੍ਰਾਫੁਲ ਡੀਪੀ ਲਈ ਦੋਸਤੋ ਹੁਣ ਆਪਾਂ ਆਲੂਆਂ ਦੇ ਸਾਈਜ਼ ਵੀ ਦਿਖਾਵਾਂਗੇ ਦੋਸਤਾਂ ਨੂੰ ਦੇਖ ਸਕਦੇ ਆ ਜੀ ਦੋਸਤੋ ਚਾਰ ਹੋ ਗਿਆ ਜੀ ਆਹ ਪੰਜ ਛੇ ਸੱਤ ਅੱਠ ਨੌ 10 11 ਲਈ ਦੋਸਤੋ ਇਹ 11 ਆਲੂ ਜਿਹੜੇ ਨਾ ਇਹਨਾਂ ਦਾ ਸਾਈਜ਼ ਰਹੇਗਾ ਬਿਲਕੁਲ ਪੂਰਾ ਜਿੱਦਾਂ ਆਪਾਂ ਰਾਸ਼ਨ ਕਹਿੰਦੇ ਨੇ ਨਾ ਇਹ 11 ਦੇ 11 ਆਲੂ ਆਪਣੇ ਰਾਸ਼ਨ ਦੇ ਵਿੱਚ ਕੰਮ ਆਉਣਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਇਹ ਛੋਟੇ ਆਲੂ ਆ ਜੀ ਐ ਬਾਂਦੇ ਆਲੂ ਦੀ ਇਹ ਅਗੇ ਆਲੂ ਭਾਂਦੇ ਆ ਜੀ ਇਹ ਆਲੂ ਭਾਂਦੇ ਆ ਜੀ ਸਮਝ ਲਓ 11 ਤੋਂ ਬਾਅਦ ਵੀ ਆਪਾਂ ਗਿੰਦੇ ਆ ਜੀ ਤਦ ਦਾ ਗਾਂ ਇੱਕ ਇਹ ਛੋਟਾ ਹੈ ਜੀ 11 ਤੇ ਇੱਕ 12 ਜੀ ਨੂੰ ਆਪਾਂ ਤੋੜ ਦਿੰਦੇ ਆ ਜੀ 12 ਤੋਂ ਅਗੇ ਇੱਕ ਇਹ ਹੋ ਗਿਆ ਜੀ 13 ਹੋ ਗਿਆ ਜੀ ਇੱਕ ਇਹ ਹੋ ਗਿਆ ਜੀ 14 ਹੋ ਗਿਆ ਜੀ 14 ਤੋਂ ਬਾਅਦ ਵਿੱਚ ਇਹ ਆ ਗਿਆ ਜੀ ਇੱਕ 15 ਜੀ ਇਹ ਆਪਾਂ ਤੋਲਦੇ ਆ ਜੀ ਇੱਕ 16 ਜੀ ਇੱਕ ਇਹ ਹੋ ਗਿਆ ਜੀ 17 ਹੋ ਗਿਆ ਜੀ ਯਾਨੀ ਕਿ 17 ਆਲੂ ਹੋਗਾ ਜੀ ਟੋਟਲ 17 ਦੇ ਵਿੱਚੋਂ ਜਿਹੜੇ ਆਪਣੇ ਹੈ ਜੀ 2 3 4 5 6 7 8 9 10 11 ਟੋਟਲ 17 ਆਲੂ ਹੈ 17 ਦੇ ਵਿੱਚੋਂ 11 ਆਲੂ ਜਿਹੜੇ ਤੁਹਾਡੇ ਮਿਆਦ ਦਾ ਜਿਹੜਾ ਰਾਸ਼ਨ ਹੋਏਗਾ ਉਹ ਹੋਏਗਾ ਬਾਕੀ ਇਹ ਜਿਹੜੇ ਆਲੂ ਹੋਣਗੇ ਛੋਟੇ ਇਸ ਤੋਂ ਇਹ ਤੁਹਾਡੇ ਸੀਡ ਦੇ ਕੰਮ ਆ ਜਾਣਗੇ ਕਿਉਂਕਿ ਹਲੇ 55 ਦਿਨ ਦੀ ਫਸਲ ਹੋਈ ਹੈ ਔਰ ਆਲੂ ਦਾ ਸਾਈਜ਼ ਦੇਖ ਸਕਦੇ ਆ ਦੋਸਤ ਇਹ ਐਲ ਆਰ ਪੈਪਸੀ ਦਾ ਲੱਗਾ ਹੋਇਆ ਸੀਡ 슈ਗਰ ਫਰੀ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਤੇ 55 ਦਿਨ ਦੀ ਫਸਲ ਹੋਈ ਹੈ ਜੀ ਤੇ ਬਾਕੀ ਇਹ ਤਨੇ ਦੇਖ ਸਕਦੇ ਆ ਦੋਸਤ ਬਿਲਕੁਲ ਵਾਈਟ ਇਹ ਜਿਹੜੇ ਇਹ ਚੀਜ਼ਾਂ ਜਿਹੜੀਆਂ ਆ ਦਾ ਜੀ ਇਹ ਆਪਾਂ ਜਿਹੜੀ ਦਵਾਈ ਲਾਈ ਦੀ ਆ ਮੈਸਟੋ ਵਗੈਰਾ ਲਾਦੀ ਦੀ ਆ ਉਹਨਾਂ ਦਾ ਵੀ ਕਮਾਲ ਹੁੰਦਾ ਵਾ ਲੇਕਿਨ ਖਾਦ ਦਾ ਵੀ ਇਹਦੇ ਵਿੱਚ ਅਮਲ ਹਗਾ ਵਾ ਜਿਹੜਾ ਆਪਾਂ ਇੰਨੇ ਸਾਲਾਂ ਤੋਂ ਇਸਤੇਮਾਲ ਕਰ ਰਹੇ ਆ ਖਾਦ ਦਾ ਵੀ ਇਹਦੇ ਵਿੱਚ ਫਰਕ ਆਗਾ ਵਾ ਜਿਸ ਦੋਸਤ ਨੇ ਵੀ ਕਿਸੇ ਨੇ ਖਾਦ ਪਾਈ ਹੋਵੇ ਉਹਨੂੰ ਇਸ ਚੀਜ਼ ਦਾ ਜ਼ਰੂਰ ਅੰਦਾਜ਼ਾ ਹੋਏਗਾ ਅਗਰ ਕਿਸੇ ਨੇ ਨਹੀਂ ਪਾਈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ 1 ਏਕੜ ਦੇ ਉੱਤੇ ਤੁਸੀਂ ਇਸਤੇਮਾਲ ਕਰਕੇ ਇਹ ਵੀ ਚੈੱਕ ਕਰ ਲੈਣਾ ਠੀਕ ਹੈ ਜੀ ਇਹ ਬਾਕੀ ਆਲੂਆਂ ਦੀ ਤਦਾਦ ਦੇਖ ਸਕਦੇ ਆਂ ਦੋਸਤ ਸਾਈਜ਼ ਜਿਹੜਾ ਸੇਮ ਰਹੇਗਾ ਔਰ ਪੈਦਾਵਾਰ ਜਿਹੜੀ ਹੈ ਇਹ 1 ਏਕੜ ਦੇ ਵਿੱਚ 10 ਤੋਂ 12 ਬੈਗ ਯਾਨੀ ਕਿ 60 ਕਿਲੋ ਦਾ ਇੱਕ ਬੈਗ ਹੋਵੇ ਨਾ 12 ਬੈਗ ਦਾ ਉੱਥੇ ਅਜ਼ਾਫਾ ਹੋ ਜਾਂਦਾ ਜਿੱਥੇ ਨਿਊਟ੍ਰੋਫਲ ਤੁਸੀਂ ਡੀਏਪੀ ਔਰ ਉੱਥੇ ਨਾਰੀ ਹੋਦੀ ਵੀ ਇਸਤੇਮਾਲ ਕੀਤੀ ਹੁੰਦੀ ਹੈ ਬਾਕੀ ਆ ਦੋਸਤ ਦੇਖ ਸਕਦੇ ਆਂ ਸਾਈਜ਼ ਸਾਰੇ ਇਹ ਆਲੂ ਦਾ ਬਾਕੀ ਇਹ ਵੀ ਦੋਸਤਾਂ ਨੂੰ ਮੈਂ ਦੱਸਾਂ ਕਿ ਵੱਟ ਦੀ ਜ਼ਮੀਨ ਦੇਖ ਲਓ ਬਿਲਕੁਲ ਨਰਮ ਹੋਆ ਕਿਸ ਤਰ੍ਹਾਂ ਹੈ ਜੀ ਪਾਣੀ ਅਗਰ ਜ਼ਿਆਦਾ ਤੁਸੀਂ ਲਾਹੋਗੇ ਤੇ ਉੱਥੇ ਵੀ ਤੁਹਾਡਾ ਜਿਹੜਾ ਇਹ ਨੁਕਸਾਨ ਜਿਹੜਾ ਹੈ ਨਾ ਹੋ ਜਾਂਦਾ ਵਾ ਇਹ ਦੇਖੋ ਵੱਟ ਨੂੰ ਇਸ ਜਗ੍ਹਾ ਤੱਕ ਪਾਣੀ ਆ ਸਿਰਫ ਬਾਕੀ ਇਹ ਪੌਦੇ ਦੇਖ ਸਕਦੇ ਆ ਤੁਸੀਂ ਠੀਕ ਹੈ ਜੀ ਔਰ ਆਲੂਆਂ ਦੀ ਵੇਲ ਵੀ ਮੈਂ ਦੋਸਤਾਂ ਨੂੰ ਦਿਖਾਉਂਦਾ ਜਾਵਾਂ ਕਿ ਇਹ ਹਲੇ ਹੈ ਜੀ ਵੇਲਾਂ ਹਲੇ ਤੰਦ ਤੋ ਸਿਹਤਮੰਦ ਵਾ ਖੋਟ ਵੀ ਇਹਦੀ ਸ਼ੁਰੂ ਹੋਈ ਹੋਈ ਆ ਠੀਕ ਆ ਜੀ ਔਰ ਖਾਦ ਜਿਹੜੀ ਇਹਦੀ ਹੈਗੀ ਆ ਅੱਜ ਆਪਾਂ ਇਹਨੂੰ ਸਪਰੇਅ ਕਰ ਦਿੱਤੀ ਆ ਔਰ ਅੱਜ ਆਪਾਂ ਸਿਰਫ ਔਰ ਸਿਰਫ ਇਹਨੂੰ ਸਪਰੇਅ ਕੀਤੀ ਜਿਹੜੀ ਆਪਾਂ ਇਹਦੇ ਉੱਪਰ ਉਹ ਆਪਾਂ ਖਾਦ ਵੀ ਪਾਈਏ ਨਾਲ ਉੱਪਰ ਜਿਸ ਤਰ੍ਹਾਂ ਕਿ ਮੈਂ ਟੋਨਿਕ ਬਣਾਇਆ ਹੁੰਦਾ ਉਹ ਪਾਇਆ ਆਪਾਂ ਇਸ ਤੋਂ ਇਲਾਵਾ ਇਹਦੇ ਉੱਪਰ ਸਲਫਾਤ ਦਾ ਵੀ ਸਪਰੇਅ ਕੀਤਾ ਵਾ ਅੱਜ ਨਾਲ ਔਰ ਇਸ ਤੋਂ ਇਲਾਵਾ ਹੁਣ ਆਪਾਂ ਖਾਦ ਜਿਹੜੀ ਹੈਗੀ ਐ ਸਿਰਫ ਇਹਨੂੰ ਆਪਾਂ ਅੱਧੀ ਬੋਰੀ ਖਾਦ ਦੀ ਲਾਣੀ ਆ ਇਸ ਤੋਂ ਬਾਅਦ ਆਪਾਂ ਖਾਦ ਨਹੀਂ ਇਹਦੇ ਲਾਗੇ ਕਰਨੀ ਬਿਲਕੁਲ ਨਹੀਂ ਘਰ ਪਾਣੀ ਇਹਨੂੰ ਯੂਰੀਆ ਦੇ ਅੱਧੇ ਬੋਰੀ ਪ ਤਾਕੇ ਜਿਹੜੀ ਫੋਟ ਵਾਹਲੇ ਕਾਫੀ ਦਿਨ ਪਏ ਸਮਝ ਲਓ 50 ਦਿਨ ਹੀ ਹਲੇ ਪਏ ਆ ਤੇ 50ਵਾਂ ਦਿਨਾਂ ਦੇ ਵਿੱਚ ਹੀ ਇਹਦਾ ਹੈ ਇਹ ਆਪਣਾ ਆਪਦਾ ਸਾਈਜ਼ ਵੀ ਪੂਰਾ ਹੋ ਜਾਏਗਾ ਇਹਦਾ ਔਰ ਫਸਲ ਵੀ ਤੁਹਾਡੇ ਸਾਹਮਣੇ ਆ ਦੋਸਤਾਂ ਦੇ ਮਾਸ਼ਾਅੱਲਾ ਅੱਛੀ ਹੈ ਜੀ ਇਹਦੇ ਨਾਲ ਹੀ ਹੁਣ ਦੋਸਤਾਂ ਕੋ ਇਜਾਜ਼ਤ ਚਾਹੁੰਦੇ ਆ ਜੀ ਅੱਲਾਹ ਫੇ ਜੀ